ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਾਈ। ਅੱਛਾ ਭਾਈ, ਇੱਕ ਮੈਂ ਤੁਹਾਨੂੰ ਆਪ ਬੀਤੀ ਹੱਡ ਬੀਤੀ ਤੁਹਾਨੂੰ ਸੁਣਾ ਰਹੀ ਹਾਂ। ਸਾਡਾ ਪਰਿਵਾਰ ਸਾਰਾ ਹੀ ਅਨਪੜ੍ਹ ਸੀਗਾ। ਮੇਰਾ ਭਰਾ ਸ਼ਹੀਦ ਪੜ੍ਹਿਆ ਸੀ, ਉਹਨੇ 25 ਸਾਲ ਸਰਵਿਸ ਕੀਤੀ ਫੌਜ ਦੀ। ਮੇਰਾ ਪਿਤਾ ਜੀ ਵੀ ਸ਼ਹੀਦ ਪੜ੍ਹੇ ਸੀ, ਉਹ ਨਾਇਬ ਸੂਬੇਦਾਰ ਬਣ ਕੇ ਆਏ ਪੁਲਿਸ ਦੇ ਭਾਈ। ਬਾਕੀ ਸਾਡਾ ਟੱਬਰ ਅਨਪੜ੍ਹ ਸੀ ਸਾਰਾ। ਅਸੀਂ ਭਾਈ 2 ਭਰਾ ਅਤੇ 5 ਭੈਣਾਂ ਸੀ। ਬਹੁਤ ਵੱਡਾ ਪਰਿਵਾਰ ਸੀ ਮੇਰੇ ਮਾਂ ਪਿਓ ਦਾ। ਭਾਈ ਮੈਂ ਵੀ ਅਨਪੜ੍ਹ ਸੀ, ਮੈਨੂੰ ਮੇਰੇ ਭਰਾ ਨੇ ਜਿਹੜਾ ਫੌਜੀ ਸੀਗਾ ਕਹਿੰਦਾ ਭਾਈ ਤੂੰ ਪੜ੍ਹ। ਮੈਂ ਕਿਹਾ ਮੈਂ ਤਾਂ ਵੀਰਾ ਕੁਛ ਜਾਣਦੀ ਨਹੀਂ। ਕਹਿੰਦਾ ਭਾਈ ਤੈਨੂੰ ਮੈਂ ਪੜ੍ਹਾਊਂਗਾ, ਤੂੰ ਪੜ੍ਹ, ਪੜ੍ਹਨਾ ਚਾਹੁੰਦੀ ਹੈ? ਮੈਂ ਕਿਹਾ ਪੜ੍ਹਾ ਦੇ ਵੀਰਾ। ਉਹਨੇ ਭਾਈ ਰੇਤਾ ਵਿਛਾਇਆ, ਰੇਤਾ ਵਿਛਾ ਕੇ ਭੁੰਜੇ ਮੈਂ ਐਸ ਉਂਗਲ ਨਾਲ ਪੜ੍ਹੀਆਂ ਭਾਈ, ਉਂਗਲ ਨਾਲ ਪੜ੍ਹੀਆਂ। ਪਹਿਲੇ ਦਿਨ ਮੈਂ ਊੜਾ ਆੜਾ ਸਿੱਖਿਆ, ਦੂਸਰੇ ਦਿਨ ਮੈਂ ਸਾਰੀ ਫੈਂਟੀ ਸਿੱਖ ਗਈ, ਤੀਸਰੇ ਦਿਨ ਮੈਂ ਭਲਾਵੇਂ ਅੱਖਰ ਸਿੱਖ ਗਈ, ਸਾਰਾ ਕੁਛ ਮੈਂ ਸਿੱਖ ਗਈ। ਲਗਾ ਤੁਕਾ ਸਾਰਾ ਕੁਛ ਮੈਨੂੰ ਸਿਖਾਤਾ। ਚੌਥੇ ਦਿਨ ਮੈਨੂੰ ਮੇਰੇ ਭਰਾ ਨੇ ਗੁਟਕਾ ਲਿਆ ਤਾ, ਗੁਟਕਾ ਗ੍ਰੰਥ ਸਾਹਿਬ ਦਾ ਗੁਟਕਾ ਹੁੰਦਾ ਜਪਜੀ ਸਾਹਿਬ, ਉਹ ਮੈਨੂੰ ਲਿਆ ਤਾ ਭਾਈ ਇਹ ਪੜ੍ਹਿਆ ਕਰ। ਮੈਨੂੰ ਭਾਈ ਭੈਣੋ ਅਤੇ ਵੀਰੋ 2 ਦਿਨ ਪੜ੍ਹਾਇਆ ਮੇਰੇ ਭਰਾ ਨੇ। ਮੈਂ ਤਾਂ 2 ਦਿਨਾਂ 'ਚ ਉਹ ਰੱਟ ਲਿਆ, ਜਵਾਨੀ ਯਾਦ ਕਰ ਲਿਆ ਮੈਂ ਤਾਂ ਸਾਰਾ। 2 ਦਿਨਾਂ 'ਚ ਮੈਂ ਉਹ ਜਮਾਂ ਪੜ੍ਹ ਲਿਆ। ਭਾਈ ਜਿਹੜੇ ਅਨਪੜ੍ਹ ਬੱਚੇ ਹੈ ਸੁਣ ਰਹੇ ਨੇ, ਉਹ ਜ਼ਰੂਰ ਪੜ੍ਹਿਆ ਕਰੋ। ਉਹ ਜਦੋਂ ਮੈਂ ਪੜ੍ਹੀਆਂ ਰੇਤੇ ਦੇ ਉੱਤੇ, ਕੋਈ ਕਾਨੀ ਸ਼ਹੀਦ ਬਾਤ ਮੈਂ ਕੁਛ ਨਹੀਂ ਲਿੱਤਾ ਉਸ ਟਾਈਮ ਰੇਤੇ 'ਤੇ ਪੜ੍ਹੀਆਂ। ਕੋਈ ਪੱਖਾ ਨਹੀਂ ਸੀ, ਕੋਈ ਬਿਜਲੀ ਨਹੀਂ ਸੀ। ਹੁਣ ਤਾਂ ਸਹੂਲਤਾਂ ਹੀ ਵਾਲੀਆਂ ਭਾਈ, ਕੂਲਰ ਵੀ ਹੈ ਤੁਹਾਡੇ ਵਾਸਤੇ, ਪੱਖੇ ਵੀ ਹੈ ਤੁਹਾਡੇ ਵਾਸਤੇ, ਏਸੀ ਵੀ ਹੈ ਤੁਹਾਡੇ ਵਾਸਤੇ, ਬਹੁਤ ਕੁਛ ਹੈ ਹੁਣ ਤਾਂ। ਭੈਣੋ ਵੀਰੋ ਬੱਚਿਓ ਸਾਰੇ ਪੜ੍ਹਿਆ ਕਰੋ ਭਾਈ। ਜਿਹੜਾ ਕੋਈ ਅਨਪੜ੍ਹ ਹੈ ਉਹ ਵੀ ਪੜ੍ਹ ਲਓ, ਜਿਹੜਾ ਕੋਈ ਸਾਡੇ ਨਾਲ ਦੀ ਅਨਪੜ੍ਹ ਭੈਣ ਹੈ ਉਹ ਵੀ ਪੜ੍ਹ ਲਿਆ ਕਰੋ, ਇੱਦਾਂ ਹੀ ਜਿਸ ਤਰ੍ਹਾਂ ਮੈਂ ਪੜ੍ਹੀ ਹਾਂ ਭਾਈ। ਜ਼ਰੂਰ ਪੜ੍ਹਨਾ ਚਾਹੀਦਾ, ਜਿਹੜਾ ਕੋਈ ਪੜ੍ਹਿਆ ਲਿਖਿਆ ਬੱਚਾ ਉਦੋਂ ਪੜ੍ਹ ਲਿਆ ਕਰੋ।